ਕਿਸੇ ਦੀਆਂ ਛਾਲਾਂ ਮਰਵਾਉਣ ਵਾਲੇ ਨੂੰ ਆਪ ਮਾਰਨੀਆਂ ਪੈਣੀਆਂ ਕਿਸੇ ਦਾ ਬੁਰਾ ਨਾ ਸੋਚੋ ਕਿਸੇ ਨੂੰ ਬਾਹਰ ਕੱਢਣ ਵਾਲੇ ਨੂੰ ਆਪ ਨਿਕਲਣਾ ਪੈਂਦਾ ਤੇ ਅੱਜ ਵੀ ਦੇਰ ਦਾ ਮੂੰਹ ਪੁੱਠਾ ਜੀ ਉਹ ਕੀਰਤਨ ਚੱਲ ਰਿਹਾ ਸੀ ਨਾਮਦੇਵ ਜੀ ਵੀ ਮਸਤ ਹੋ ਗਏ ਜਾ ਕੇ ਉਹ ਜਦੋਂ ਨਜ਼ਰ ਪਈ ਇਹ ਨੀਵੀਂ ਜਾਤ ਦੇ ਸਾਡੇ ਮੰਦਰ ਚ ਆ ਗਏ ਕੱਢੋ ਬਾਹਰ ਕੱਢੋ ਉਹ ਸ਼ਬਦ ਇੱਥੇ ਉਚਾਰਿਆ ਆਲਾਬੰਤੀ ਇਹ ਭਰਮ ਜੋ ਹੈ ਆਲਾਬੰਤੀ ਕਹਿੰਦੇ ਆਲਾ ਕਹਿੰਦੇ ਮੰਦਰ ਨੂੰ ਉੱਚੇ ਮੰਦਰ ਵਾਲੇ ਆਲਾਬੰਤੀ ਇਹ ਭਰਮ ਜੋਗ ਹੈ ਮੁਝ ਉੱਪਰ ਸਭ ਕੋ ਵੀ ਰਹਿ ਮੇਰੇ ਤੇ ਗੁੱਸਾ ਕੱਢਦਾ ਇਹਨਾਂ ਨੇ ਸਾਰੇ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠੀ ਨੀਵਾਂ ਨੀਵਾਂ ਕਹਿ ਕੇ ਬਾਹਰ ਕੱਢਦਾ ਮੈਨੂੰ ਧੱਕੇ ਮਾਰ ਕੇ ਉਸੇ ਦੇਵਰੇ ਦੇ ਪਿਛਲੇ ਬੰਨੇ ਜਾ ਕੇ ਵੈਰਾਗ ਕਰਨ ਲੱਗ ਪਏ ਰੋਣ ਲੱਗ ਪਏ ਵੈਰਾਗ ਕਰਨ ਲੱਗ ਪਏ ਤੁਹਾਡਾ ਵਾ ਮੈਨੂੰ ਹੁਣ ਬਾਹਰ ਕੱਢਿਆ ਧੱਕੇ ਮਾਰ ਕੜਾਓ ਜੁੜ ਗਏ ਜਿਉਂ ਜਿਉਂ ਨਾਮਾ ਹਰ ਗੁਣ ਉੱਚਰੇ ਕਹਿੰਦੇ ਬੀਠਲ ਨੂੰ ਉਸ ਦਿਓਰੇ ਦਾ ਮੁੱਖ ਫੇਰ ਕੇ ਨਾਮਦੇਵ ਜੀ ਵੱਲ ਕਰਨਾ ਪਿਆ ਤੇ ਜਦੋਂ ਮੁੱਖ ਫੇਰਿਆ ਬਿਲਡਿੰਗ ਘੁੰਮਣੀ ਹੈਂਜੀ ਉਹ ਆਵਾਜ਼ ਆਈ ਕੜਕ 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 ਇਤਿਹਾਸਕਾਰਾਂ ਲਿਖਿਆ ਮੈਂ ਉੱਥੇ ਗਿਆ ਵੀ ਸੁਣਾਇਆ ਉਹਨਾਂ ਨੇ ਕਹਿੰਦੇ ਛਾਲਾਂ ਮਾਰ ਮਾਰ ਉਹ ਪੰਡਿਤ ਵੀਰ ਛਾਲਾਂ ਮਾਰ ਮਾਰ ਬਾਹਰ ਆ ਕੇ ਭੁਚਾਲ ਆ ਗਿਆ ਬਾਹਰ ਨਿਕਲੋ ਹੈ ਕੀ ਸੀ ਜੇ ਤੂੰ ਧੱਕੇ ਮਾਰ ਕੇ ਕਿਸੇ ਨੂੰ ਬਾਹਰ ਕੱਢਦਾ ਰੱਬ ਤੈਨੂੰ ਕੱਢੇ ਉਹ ਸਾਰੇ ਛਾਲਾਂ ਮਾਰ ਮਾਰ ਉਹ ਭੁਚਾਲ ਨਹੀਂ ਸੀ ਉਹ ਤੇ ਬੀਠਲ ਕਹਿੰਦਾ ਨਾਮ ਚ ਇੰਨੀ ਤਾਕਤ ਹੈ ਮੈਂ ਮੰਦਰ ਦਾ ਮੁੱਖ ਦਿਓਰੇ ਦਾ ਮੁੱਖ ਘੁਮਾ ਕੇ ਨਾਮਦੇਵ ਜੀ ਤੇਰੇ ਵੱਲ ਹੀ ਕਰ ਦੇਣਾ ਆਖੋ ਸਤਨਾਮ ਜਿਉਂ ਜਿਉਂ ਗੱਲ ਕਿੱਥੋਂ ਚੱਲੀ ਸੀ ਨਾਮ ਵੇਲੇ ਨੀਂਦ ਦਾ ਧਿਆਨ ਰੱਖੋ ਸਿਮਰਨ ਵੇਲੇ ਸੁਚੇਤ ਸਿਮਰਨ ਗੱਜ ਕੇ ਸਿਮਰਨ ਸਾਵਧਾਨਤਾ ਚ ਇਹਦੇ ਚ ਇੰਨੀ ਤਾਕਤ ਹੈ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਵਾਹਿਗੁਰੂ 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 ਵਾਹਿਗੁਰੂ